जी प्यार प्री सत श्री अकाल आदाब नमस्कार प्यार दोस्तों मैं ते अवतार जंडू साडा जिहड़ा स्पैशल सैगमेंट है न्यूज़ दा ਉਹਦੇ ਤੁਹਾਡੇ ਨਾਲ ਜੁੜ ਗਏ ਹਾਂ ਜੇ ਤੁਸੀਂ ਵੀ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤਾਂ 905-458-4444 ਤੇ ਫੋਨ ਕਰਕੇ ਸਾਡੇ ਨਾਲ ਜੁੜ ਸਕਦੇ ਹੋ 905-458-4444 ਤੇ ਜਨਰਲ ਸਾਹਿਬ ਜਿਹੜੀ ਆਪਾਂ ਗੱਲਬਾਤ ਸ਼ੁਰੂ ਕਰਨੀ ਉਹਦੇ ਚ ਜਿਹੜੀ ਸਭ ਤੋਂ ਮਹੱਤਵਪੂਰਨ ਜਿਹੜੀ ਅੱਜ ਦੀ ਗੱਲ ਹੈ ਇੱਕ ਸਾਲ ਹੋ ਗਿਆ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਬੈਠੇ ਨੇ ਤੇ ਇੱਕ ਸਾਲ ਅੱਜ ਪੂਰੇ ਜਸ਼ਨ ਮਨਾਏ ਗਏ ਨੇ ਜਿੰਨੇ ਵੀ ਦਿੱਲੀ ਦੇ ਬਾਰਡਰ ਦੇ ਉੱਥੇ ਲੱਖਾਂ ਦੇ ਇਕੱਠ ਹੋਏ ਨੇ ਸਪੈਸ਼ਲੀ ਸਿੰਘੂ ਬਾਰਡਰ ਤੇ ਕੁੰਡਲੀ ਬਾਰਡਰ ਤੇ ਗਾਜ਼ੀਪੁਰ ਬਾਰਡਰ ਤੇ ਟਿੱਕਰੀ ਬਾਰਡਰ ਤੇ ਇੱਕ ਸੁਰ ਦੇ ਵਿੱਚ ਕਿਸਾਨਾਂ ਨੇ ਕਹਿਤਾ ਕਿ ਜਦੋਂ ਤੱਕ MSP ਤੇ ਗਰੰਟੀ ਕਾਨੂੰਨ ਨਹੀਂ ਬਣਦਾ ਘਰ ਨਹੀਂ ਮੁੜਾਂਗੇ ਤਿੰਨ ਖੇਤੀ ਕਾਨੂੰਨ ਵਾਪਸ ਹੋਣਗੇ ਠੀਕ ਹੈ ਪਰ ਗਰੰਟੀ ਕਾਨੂੰਨ ਬਣਾਉਣਾ ਪਊਗਾ MSP ਤੇ ਅੱਜ ਟਿੱਕਰੀ ਬਾਰਡਰ ਤੇ 8 ਕਿਸਾਨ ਜਿਹੜੇ ਹੈ ਤੁਸੀਂ ਦੇਖੋ ਕਮਾਲ ਦੀ ਗੱਲ ਮਿਸ਼ਨ ਦੇ ਵਿੱਚ ਕਿਸਾਨ ਆਉਂਦੇ ਜਾਂਦੇ ਰਹੇ ਅੱਠ ਕਿਸਾਨ ਟਿੱਕਰੀ ਬਾਰਡਰ ਤੇ 365 ਦਿਨਾਂ ਤੋਂ ਬੈਠੇ ਆ ਜਿਹੜੇ ਘਰ ਮੁੜ ਕੇ ਗਏ ਹੋ ਜੀ ਉਹਨਾਂ 8 ਕਿਸਾਨਾਂ ਦਾ ਅੱਜ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਉਧਰ ਨਵਜੋਤ ਸਿੰਘ ਸਿੱਧੂ ਦਾ ਆਪਣੀ ਸਰਕਾਰ ਤੇ ਫੇਰ ਤੋਂ ਹਮਲਾ ਜਲਜੀਤ ਸਿੰਘ ਚੰਨੀ ਨੂੰ ਨਾਲ ਹੀ ਵੱਡਾ ਭਰਾ ਵੀ ਕਹੀ ਜਾਂਦੇ ਆ ਨਾਲੇ ਸਰਕਾਰ ਆਪਣੀ ਤੇ ਹਮਲੇ ਕਰੀ ਜਾਂਦੇ ਆ ਪਰ ਅੱਜ ਪਹਿਲੀ ਵਾਰ ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਉਹਦੇ ਆਪਣੇ ਧੜੇ ਦੇ 2 MLA ਬੋਲ ਪਏ ਕਹਿੰਦੇ ਜੇ ਗੱਲ ਕਰਨੀ ਆ ਪਬਲਿਕ ਵੀ ਨਾ ਕਰੋ ਜੇ ਕੋਈ ਪ੍ਰੋਬਲਮ ਹੈ ਪਾਰਟੀ ਫੋਰਮ ਤੇ ਗੱਲ ਕਰੋ ਠੀਕ ਆ ਤੇ ਕੈਪਟਨ ਅਮਰਿੰਦਰ ਦੀ ਪਾਰਟੀ ਹਾਲੇ ਬਣੀ ਨੀ ਪਾਰਟੀ ਬਣਨ ਤੋਂ ਪਹਿਲਾਂ ਹੀ ਉਹਦਾ ਜਿਹੜਾ ਪ੍ਰਧਾਨ ਲਾਇਆ ਕੈਪਟਨ ਅਮਰਿੰਦਰ ਨੇ ਆਪਣੀ ਪਾਰਟੀ ਦਾ ਸੁਖਿੰਦਰ ਸਿੰਘ ਆ ਕੋਈ ਉਹਦੇ ਖਿਲਾਫ਼ ਗੱਲਾਂ ਹੋਣ ਲੱਗ ਪਈਆਂ ਕਰੋੜਾਂ ਦੇ ਫਰੋਡ ਦੇ ਕੇਸ ਉਹਦੇ ਤੇ ਚੱਲਦੇ ਆ ਬਾਕੀ ਹੋਰ ਖ਼ਬਰਾਂ ਵੀ ਨੇ ਉਹਨਾਂ ਖ਼ਬਰਾਂ ਬਾਰੇ ਗੱਲ ਕਰਾਂਗੇ ਅੱਜ ਕੱਚੇ ਮੁਲਾਜ਼ਮਾਂ ਦਾ ਵਿਰੋਧ ਪ੍ਰਦਰਸ਼ਨ ਸੀ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਿੰਦਰ ਰੰਧਾਵਾ ਟਰਾਂਸਪੋਰਟ ਮੰਤਰੀ ਰਾਜਾ ਬਣੇ ਬਹੁਤ ਜ਼ਿਆਦਾ ਬੁਖਲਾ ਗਏ ਦੁਖੀ ਹੋ ਗਏ ਤੇ ਮੁਜ਼ਾਹਰਾ ਕਰਦੇ ਮੁਲਾਜ਼ਮਾਂ ਨੂੰ ਸਸਪੈਂਡ ਕਰਨ ਦਾ ਫਰਮਾਨ ਵੀ ਦਿੱਤਾ ਤੇ ਖ਼ਬਰ ਇਹ ਵੀ ਹੈ ਕਿ ਭਾਰਤ ਤੋਂ ਇੰਟਰਨੈਸ਼ਨਲ ਫਲਾਈਟਸ 15 ਦਸੰਬਰ ਤੋਂ ਸ਼ੁਰੂ ਹੋਣਗੇ ਜੀ ਜਿੰਦੂ ਸਾਹਿਬ ਹਾਂਜੀ ਸਾਂਸ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਪੰਜਾਬ ਦੇ ਜਿਹੜੇ ਹਾਲਾਤ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਹਾਲਾਤ ਆਪਾਂ ਨੂੰ ਪਤਾ ਵੀ ਕਿਸ ਤਰ੍ਹਾਂ ਆਏ ਦਿਨ ਜਿਹੜੇ ਬਦਲ ਰਹੇ ਆ ਇਲੈਕਸ਼ਨ ਦਾ ਪੂਰਾ ਦੌਰ ਚੱਲ ਰਿਹਾ ਉਧਰ ਤੇ ਸਭ ਤੋਂ ਪਹਿਲਾਂ ਜਿਹੜਾ ਕਿਸਾਨਾਂ ਦੀ ਆਪਾਂ ਗੱਲ ਕਰਦੇ ਹਾਂ ਵੀ ਕਿਸਾਨ ਜਿਹੜੇ ਇੱਕ ਸਾਲ ਤੋਂ ਪੂਰੇ ਡਟੇ ਬੈਠੇ ਉੱਥੇ ਜੀ ਬਹੁਤ ਕਿੱਡਾ ਇਹ ਸੈਕਰੀਫਾਈ ਬੰਦੇ ਕਰਨਾ ਇਹ ਕਿਸਮ ਦੀ ਇੱਕ ਤਪੱਸਿਆ ਹੈਗੀ ਆ ਤੇ ਕਿਸਾਨ ਜਿਹੜੇ ਬਾਰਡਰ ਤੇ ਇੱਕ ਸਾਲ ਹੋ ਗਏ ਬੈਠਿਆਂ ਨੂੰ ਇਹਦੇ ਬਾਰੇ ਕੋਈ ਡਿਟੇਲ ਖਬਰ ਕੀ ਆ ਜੋ ਸਾਹਿਬ ਦੇਖੋ ਅੱਜ ਤਾਂ ਮੈਂ ਮਤਲਬ ਲਾਜ਼ਮੀ ਤੌਰ ਤੇ ਉੱਤੇ ਜਦੋਂ ਆਪਾਂ ਗੱਲ ਕਰ ਰਹੇ ਇੱਕ ਤਾਂ ਖੁਸ਼ੀ ਦਾ ਵਾਇਸ ਹੈ ਸਾਡਾ ਅੱਜ ਇਹ ਗੱਲ ਕਰਨਾ ਵੀ ਕਿਸਾਨਾਂ ਦੇ ਅੰਦੋਲਨ ਨੂੰ ਇੱਕ ਸਾਲ ਪੂਰਾ ਹੋ ਗਿਆ ਤੇ ਜਿਹੜੇ ਲੋਕ ਇਹ ਕਹਿੰਦੇ ਸੀ ਵੀ ਇਹ ਤਾਂ 4 ਦਿਨ ਦੀ ਖੇਡ ਹੈ 4 ਦਿਨ ਦੀ ਆਉਣਗੇ ਚਲੇ ਜਾਣਗੇ ਇਹਨਾਂ ਨੂੰ ਕੋਈ ਤਵੱਜੋ ਦੇਣ ਦੀ ਲੋੜ ਹੀ ਨਹੀਂ ਉਹੀ ਸਰਕਾਰ ਝੁੱਕ ਗਈ ਇੱਕ ਸਾਲ ਬਾਅਦ ਜਿਹੜੇ ਨਰਿੰਦਰ ਮੋਦੀ ਨੇ ਪਾਰਲੀਮੈਂਟ ਦੇ ਵਿੱਚ ਕਿਸਾਨਾਂ ਨੂੰ ਕਿਹਾ ਵੀ ਇਹ ਤਾਂ ਅੰਦੋਲਨ ਜੀ ਵੀ ਲੋਕ ਹੈ ਇਹਨਾਂ ਦਾ ਧੰਦਾ ਆ ਇਹ ਐਗਜ਼ੈਕਟਲੀ ਤੇ ਇਹ ਪਰਜੀਵੀ ਹੈ ਪਰਜੀਵੀ ਕੌਣ ਹੁੰਦਾ ਉਹ ਜਿਹੜਾ ਕਿਸੇ ਦੀ ਕਮਾਈ ਤੇ ਪਲਦਾ ਹੋਵੇ ਕੀੜਾ ਕਿਸਾਨਾਂ ਨੂੰ ਕੀੜਾ ਕਹਿਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਪੰਜਾਬੀ ਦੇ ਜਿਹੜੇ ਲਫ਼ਜ਼ ਜਿਹੜੇ ਹੈਗੇ ਆ ਜਿਹੜੀ ਇੱਕ ਖੌਤਾਂ ਹੈਗੀਆਂ ਆਪਣੀਆਂ ਕਹਾਵਤਾਂ ਜੋ ਕਹਿਣਾ ਹੋਵੇ ਤਾਂ ਥੁੱਕ ਕੇ ਚੱਟਣਾ ਪਿਆ ਐਗਜ਼ੈਕਟਲੀ ਇਹ ਪਹਿਲੀ ਵਾਰ ਹੋਇਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਜਿਹਨਾਂ ਨੂੰ ਕਿਹਾ ਜਾਂਦਾ 56 ਇੰਚ ਦਾ ਸੀਨਾ ਇਹਨਾਂ ਦਾ ਇਹ ਤਾਂ ਜੀ ਜੋ ਕਹਿ ਦਿੰਦੇ ਆ ਉਹ ਤੋਂ ਪਿੱਛੇ ਨੀ ਮੁੜਦੇ ਤੇ ਪ੍ਰਧਾਨ ਮੰਤਰੀ ਨੂੰ ਪਿੱਛੇ ਮੁੜਨਾ ਪਿਆ ਕਦਮ ਵਾਪਸ ਲੈਣੇ ਪਏ ਤੇ ਉਹਦਾ ਜਸ਼ਨ ਅੱਜ ਦਿੱਲੀ ਦੇ ਬਾਰਡਰਾਂ ਤੇ ਮਨਾਇਆ ਗਿਆ ਲੱਖਾਂ ਦੀ ਤਾਦਾਦ ਦੇ ਵਿੱਚ ਟਿੱਕਰੀ ਬਾਰਡਰ ਤੋਂ ਲੈ ਕੇ ਗਾਜ਼ੀਪੁਰ ਬਾਰਡਰ ਪਲਵਲ ਚੌਕ ਸਿੰਘੂ ਬਾਰਡਰ ਤੇ ਲੱਖਾਂ ਕਿਸਾਨ ਅੱਜ ਇਕੱਠੇ ਹੋਏ ਬਹੁਤ ਰੌਣਕ ਹੈ ਇਸ ਵੇਲੇ ਵੀ ਉੱਥੇ ਤੇ ਜਸ਼ਨ ਜਿਹੜਾ ਮਨਾਇਆ ਜਾ ਰਿਹਾ ਪਰ ਜਸ਼ਨ ਦੇ ਵਿੱਚ ਮਨਾਉਂਦਿਆਂ ਮਨਾਉਂਦਿਆਂ ਕਿਸਾਨ ਆਪਣਾ ਹੋਸ਼ ਵੀ ਨੀ ਗਵਾ ਰਹੇ ਸਗੋਂ ਉਹਨਾਂ ਨੇ ਬਹੁਤ ਸੰਜਮ ਦੇ ਨਾਲ ਇਹ ਐਲਾਨ ਕਰਤਾ ਵੀ ਅਸੀਂ ਜਦ ਤੱਕ 3 ਖੇਤੀ ਕਾਨੂੰਨ ਪਾਰਲੀਮੈਂਟ ਦੇ ਵਿੱਚ ਰੱਦ ਨਹੀਂ ਹੁੰਦੇ ਦੂਜਾ MSP ਤੇ ਗਰੰਟੀ ਕਾਨੂੰਨ ਨਹੀਂ ਬਣਦਾ ਨਾਲ ਜਿਹੜਾ ਸੀਡ ਬਿੱਲ ਵਾਪਸ ਨਹੀਂ ਹੁੰਦਾ ਬਿਜਲੀ ਅਮੈਂਡਮੈਂਟ ਬਿੱਲ ਰੱਦ ਨਹੀਂ ਹੁੰਦਾ ਤੇ ਨਾਲ ਦੀ ਨਾਲ ਜਿਹੜਾ ਕੇਂਦਰੀ ਗ੍ਰਹਿ ਮੰਤਰੀ ਹੈ ਅਜੀਤ ਮਿਸ਼ਰਾ ਜਿਹਦਾ ਮੁੰਡਾ ਜੇਲ੍ਹ ਚ ਹੈ ਇਸ ਜੁਰਮ ਦੇ ਵਿੱਚ ਕਿ ਉਹਦੇ ਆਪਣੇ ਦੋਸਤਾਂ ਦੇ ਨਾਲ ਰਲ ਕੇ ਗੱਡੀਆਂ ਚੜਾਈਆਂ ਕਿਸਾਨਾਂ ਤੇ ਲਖੀਮਪੁਰ ਖੀਰੀ ਚ
चार किसान एक पत्रकार दरड़ दिते, इन्नी देर तक वो अजे मिश्रे नू तुसी बर्खास्त नहीं करते, उन्नी देर तक इस तीन चार मंगा नहीं मनिया जाती, उन्नी देर तक अस मुड़ते नहीं, लड़ांगे आखिरी दम तक। बाकी संयुक्त किसान मोर्चे ने कहा भी कल 27 नवंबर नू असी मीटिंग करांगे ते अगले प्रोग्राम ऐलानांगे। 29 नवंबर नू दिल्ली दी जिहड़ी लोक सभा ते राज सभा जुड़नी है, विंटर सैशन शुरू होना, उधर भी मार्च करांगे ट्रैक्टर मार्च। और कल नू ये फैसला होएगा कि ट्रैक्टर मार्च स्टिल होएगा जां उहदा कोई बदल लभ के कोई नवे प्रोग्राम ऐलाने जांदे आ। पर संयुक्त किसान मोर्चे के सदे से अज लखां किसान दिल्ली के बॉर्डर से है, तो सरकार नू चैलेंज कर रहे हैं भी जे साडियां मंगा जिहड़ियां नाल जुड़दियां मंगा है तो अंदोलन शुरू होया, जे उह ना मन्नियां गईयां ਤਾਂ ਮਿਸ਼ਨ ਯੂਪੀ ਵੀ ਜਾਰੀ ਰਹੇਗਾ ਤੇ ਕਿਸਾਨਾਂ ਦਾ ਅੰਦੋਲਨ ਵੀ ਜਾਰੀ ਰਹੇਗਾ। ਠੀਕ ਹੈ ਨਿਸ਼ਾਨ ਸਾਹਿਬ, ਇੱਕ ਲਾਅ ਆਫ ਨੇਚਰ ਹੈਗਾ ਵੀ ਜਿਹੜੀਆਂ ਫਲੈਕਸੀਬਲ ਚੀਜ਼ਾਂ ਹੈਗੀਆਂ, ਤਰਲ ਪਦਾਰਥ ਹੈ ਕੋਈ, ਇਹ ਐਕਸਪੈਂਡ ਹੁੰਦੇ ਆ ਤੇ ਇਹਨਾਂ ਨੇ ਬੈਕ ਫਿਰ ਆਪਣੀ ਪ੍ਰਾਇਮਰੀ ਪਹਿਲੀ ਪੋਜੀਸ਼ਨ ਵਿੱਚ ਆਉਣਾ ਹੁੰਦਾ, ਜਿਹੜੀ ਸੋਲਿਡ ਚੀਜ਼ ਆ ਕਦੇ ਐਕਸਪੈਂਡ ਨਹੀਂ ਹੁੰਦੀ ਗੀ। ਸੋ ਜੇ ਕੋਈ 56 ਇੰਚ ਦਾ ਸੀਨਾ ਜਿਹੜਾ ਸ਼ਰਿੰਕ ਹੋ ਗਿਆ ਤਾਂ ਕੋਈ ਵੱਡੀ ਗੱਲ ਨਹੀਂ, ਇਹ ਲਾਅ ਆਫ ਨੇਚਰ ਹੈਗਾ, ਇਹਨੇ ਹੋਣਾ ਹੀ ਸੀਗਾ, ਹੋ ਗਿਆ, ਟਾਈਮ ਸਿਰ ਹੋ ਗਿਆ, ਵਧੀਆ ਗੱਲ ਹੋ ਗਈ। ਆਪਣੀ ਸੈਕਿੰਡ ਜਿਹੜੀ ਖਬਰ 'ਚ ਆਪਾਂ ਚੱਲ ਰਹੀ ਹੈ ਵੀ ਟਿਕਰੀ ਬਾਰਡਰ ਦੇ ਉੱਤੇ ਅੱਜ ਜਿਹੜੇ ਕਿਸਾਨ ਜਿਹੜੇ ਬੈਠੇ ਹੈਗੇ ਆ, ਪੂਰਾ 1 ਸਾਲ ਹੋ ਗਿਆ ਬੈਠੇ ਨੂੰ ਉੱਥੇ ਉਹਨਾਂ ਨੂੰ, ਇਹਦੇ ਬਾਰੇ ਕੀ ਖਬਰ ਆ? ਬਹੁਤ ਕਿਸਾਨਾਂ ਦਾ ਜਸ਼ਨ ਮਨਾਇਆ ਜਾ ਰਿਹਾ, ਕਿਸ ਗੱਲ ਤੋਂ? ਦੇਖੋ ਗੱਲ ਇਹ ਆ, ਕੱਟ ਤਾਂ ਸਾਰੇ ਬਾਰਡਰ ਤੇ ਹੋਏ ਆ, ਹਾਂਜੀ ਹੋਏ ਆ, ਪਰ ਟਿਕਰੀ ਬਾਰਡਰ ਅੱਜ ਵਿਸ਼ੇਸ਼ ਰਿਹਾ। ਟਿਕਰੀ ਬਾਰਡਰ ਦੇ ਉੱਤੇ 2 ਵੱਡੇ ਜਿਹੜੇ ਸਟੇਜਾਂ ਜਿਹੜੀਆਂ ਲੱਗੀਆਂ ਹੋਈਆਂ, ਇੱਕ ਤਾਂ ਬਿਲਕੁਲ ਦਿੱਲੀ ਬਾਰਡਰ ਦੇ ਉੱਤੇ ਜਿੱਥੋਂ ਤੁਸੀਂ ਦਿੱਲੀ ਚ ਐਂਟਰੀ ਕਰਦੇ ਆ, ਟਿਕਰੀ ਬਾਰਡਰ ਜਿਹਨੂੰ ਕਹਿੰਦੇ ਆ, ਉਹ ਜਿਹੜੀ ਸਟੇਜ ਲੱਗੀ ਉਹ ਹੈਗੀ ਸਿਫਟ ਕਿਸਾਨ ਮੋਰਚੇ ਨੇ ਸਟੇਜ ਲਾਈ ਹੋਈ ਆ, ਉਹ ਵੀ ਬਹੁਤ ਵੱਡਾ ਇਕੱਠ ਅੱਜ ਵੀ ਉੱਥੇ ਸੀ ਤੇ ਲਗਾਤਾਰ ਉਹ 365 ਦਿਨਾਂ ਤੋਂ ਸਟੇਜ ਚੱਲ ਰਹੀ ਹੈ। ਇੱਕ ਸਟੇਜ ਉਹ ਤੋਂ ਪਿੱਛੇ ਬਹਾਦਰਗੜ੍ਹ ਦੇ ਨੇੜੇ ਲੱਗੀ ਹੋਈ ਹੈ, ਜਿਹੜੀ ਪਹਿਲਾਂ 7 ਸਟੇਜਾਂ ਹੁੰਦੀਆਂ ਸੀ, ਸਮਝਣ ਵਾਲੀ ਗੱਲ, ਉਹਨਾਂ 7 ਸਟੇਜਾਂ ਦੇ ਵਿੱਚੋਂ ਫਿਰ ਉਹ ਸਾਰੀਆਂ ਸਟੇਜਾਂ ਜਿਹੜੀਆਂ ਮਰਜ ਕੀਤੀਆਂ ਇੱਕ ਸਟੇਜ ਦੇ ਵਿੱਚ, ਉਹ ਸੀਗੀਆਂ ਜੋਗਿੰਦਰ ਅਗਰਾਹਾਂ ਦੀ ਜਥੇਬੰਦੀ ਦੀਆਂ 7 ਸਟੇਜਾਂ, ਜਿਹੜਾ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਉਹਨੂੰ ਇੱਕ ਸਟੇਜ ਤਬਦੀਲ ਕਰਤਾ। ਅੱਜ ਉਸ ਇਲਾਕੇ ਚ 7 ਏਕੜ ਦੇ ਵਿੱਚ ਸਟੇਜ ਲੱਗੀ, 2 ਲੱਖ ਕਿਸਾਨ ਕਹਿੰਦੇ ਆ ਵੀ ਉੱਥੇ ਇਕੱਠਾ ਹੋਇਆ। ਕੀ ਬਾਤ ਹੈ, ਕਮਾਲ ਇਹ ਹੋਈ ਆ ਵੀ 2 ਲੱਖ ਕਿਸਾਨ, ਤੇ ਉਹਦੇ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ, 8 ਕਿਸਾਨ ਉਹਦਾ ਰੋਟੇਸ਼ਨ ਚ ਆਉਂਦੇ ਆ, ਮੰਨ ਲਓ ਆਪਣੇ ਪਿੰਡੋਂ, ਮੰਨ ਲਓ ਗਏ ਆ ਕਿਸਾਨ, 15 ਕਿਸਾਨ ਚੱਲ ਗਏ ਮੋਰਚੇ, 10 ਦਿਨਾਂ ਬਾਅਦ ਉਹ 15 ਦੇ ਵਿੱਚੋਂ 10 ਮੁੜੇ ਆਉਂਦੇ ਆ, 10 ਨਵੇਂ ਚੱਲ ਜਾਂਦੇ ਆ, ਅਗਲੇ 15 ਦਿਨਾਂ ਬਾਅਦ ਜਿਹੜੇ ਪੁਰਾਣੇ 5 ਤੇ ਅਗਲੇ 5 ਜਿਹੜੇ 10 ਮੁੜੇ ਆਉਂਦੇ ਆ ਤੇ 5 ਰਹਿ ਜਾਂਦੇ ਆ ਤੇ ਫਿਰ 10 ਨਵੇਂ ਆ ਜਾਂਦੇ, ਪਰ 8 ਕਿਸਾਨ ਮੁੜੇ ਹੀ ਨੀ ਪਿੰਡਾਂ ਨੂੰ। ਕੀ ਬਾਤ ਹੈ, ਦੇਖੋ ਸਾਲ ਹੋ ਗਿਆ, 8 ਸਾਲ 8 ਕਿਸਾਨ ਕਹਿੰਦੇ ਅਸੀਂ ਤਾਂ ਇੱਥੋਂ ਜਿੱਤ ਕੇ ਜਾਵਾਂਗੇ ਜਾਂ ਮਰਾਂਗੇ, ਠੀਕ ਹੈ ਜੀ, ਜਾਂ ਜਿੱਤਾਂਗੇ ਜਾਂ ਮਰਾਂਗੇ। ਉਹਨਾਂ 8 ਕਿਸਾਨਾਂ ਨੂੰ ਅੱਜ ਉੱਥੇ ਸਨਮਾਨਿਤ ਕੀਤਾ ਗਿਆ, ਬਹੁਤ ਕਹਿ ਲਓ ਵੀ ਆਕਾਸ਼ ਗੰਜਾਊ ਨਾਰਿਆਂ ਦੇ ਵਿੱਚ ਉਹਨਾਂ ਦਾ ਮਾਣ ਦਾਨ ਕੀਤਾ ਗਿਆ, ਉਹਦੇ ਨਾਲ ਇੱਕ ਨਵਾਂ ਜੋਸ਼ ਕਿਸਾਨਾਂ ਦੇ ਵਿੱਚ ਭਰਿਆ ਹੈ ਤੇ ਇਹ ਜਜ਼ਬਾ ਆ, ਇਸੇ ਜਜ਼ਬੇ ਨੇ ਕਿਸਾਨ ਅੰਦੋਲਨ ਨੂੰ ਜਿੱਤ ਵੱਲ ਵਧਾਇਆ। ਦੇਖੋ ਲੋਕੀ ਇਸ ਗੱਲਾਂ ਕਰਕੇ ਨਾਲ ਜੁੜਦੇ ਆ, ਜੋ ਕਿ ਜਜ਼ਬਾ ਹੈਗਾ, ਜਨੂੰਨ ਹੈ ਕਿਸੇ ਕੰਮ ਦਾ, ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਦਾ ਕੋਈ ਹੈਗਾ, ਤੇ ਲੋਕੀ ਡੈਫੀਨਿਟਲੀ ਐਗਜ਼ਾਮਪਲ ਬਣਦੇ ਹੈਗੇ ਆ, ਤੇ ਸਾਨੂੰ ਉਹਨਾਂ ਸਨਮਾਨਿਤ ਕਰਨਾ ਵੀ ਸਾਡਾ ਫਰਜ਼ ਬਣਦਾ ਹੈਗਾ। ਅਗਲੀ ਖਬਰ 'ਤੇ ਜਾਂਦੇ ਹਾਂ, ਨਵਜੋਤ ਸਿੰਘ ਸਿੱਧੂ, ਆਪਾਂ ਕੱਲ੍ਹ ਵੀ ਗੱਲ ਕੀਤੀ ਸੀ ਵੀ ਉਹ ਹਰ ਰੋਜ਼ ਇੱਕ ਨਵਾਂ ਬਿਆਨ, ਇੱਕ ਨਵਾਂ ਹਮਲਾ ਕਰਦੇ ਹੈਗੇ ਆ, ਹੁਣ ਉਹਨਾਂ ਨੇ ਫਿਰ ਆਪਣੀ ਸਰਕਾਰ 'ਤੇ ਹਮਲਾ ਕੀਤਾ ਅਤੇ ਨਾਲ ਚਰਨਜੀਤ ਚੰਨੀ ਨੂੰ ਆਪਣਾ ਭਰਾ ਕਿਹਾ, ਇਹ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਕਿਤੇ ਨਵਜੋਤ ਸਿੰਘ ਸਿੱਧੂ ਆਪਣੇ ਜਿਹੜੇ ਟਾਰਗੇਟ ਤੋਂ ਕਿਤੇ ਫੋਕਸ ਜਿਹੜਾ ਉੱਕਤ ਨਹੀਂ ਰਹੇਗੇ। ਰੈਵਨਿਊ ਕਿੱਦਾਂ ਆਉਣਾ ਆ, ਜਿਹੜੀਆਂ ਮੁਫ਼ਤ ਦੀਆਂ ਯੋਜਨਾਵਾਂ ਸ਼ੁਰੂ ਕਰੀ ਜਾਂਦੇ ਆ, ਇਹਨਾਂ ਨੂੰ ਕਿੱਦਾਂ ਸਿਰੇ ਚੜਾਉਣਾ ਆ, ਲੱਖਾਂ ਕਰੋੜਾਂ ਦਾ ਜਿਹੜਾ ਇਹ ਖਰਚਾ ਆ ਇਹ ਕਿੱਥੋਂ ਤੁਸੀਂ ਕਿਹੜੇ ਸੋਰਸ ਰਾਹੀਂ ਇਕੱਠਾ ਕਰਨਾ, ਸਵਾਲ ਤਾਂ ਬੜੇ ਵਾਜਬ ਹੈ। ਤੀਜੀ ਗੱਲ ਇਹ ਆ ਵੀ ਇਹ ਮਸਲੇ ਹੱਲ ਹੋਣ ਤਾਂ ਹੋ ਰਹੇ ਨੀ,
ਕਿਉਂਕਿ ਸਰਕਾਰ ਦੇ ਕੋਲ ਤਾਂ 1 ਮਹੀਨਾ ਰਹਿ ਗਿਆ ਐਗਜ਼ੈਕਟਲੀ ਤੇ ਅਗਲੀ ਸਰਕਾਰ ਨੇ ਹੱਲ ਕਰ ਦੇ ਤੇ ਫਿਰ ਬੇਵਜ੍ਹਾ ਇਹ ਸਾਰੀਆਂ ਗੱਲਾਂ ਕਰਨ ਦਾ ਮਤਲਬ ਕੀ ਹੈ ਤੇ ਉਹਦਾ ਮਤਲਬ ਇਹ ਹੈ ਵੀ ਉਹਨਾਂ ਨੂੰ ਦੁੱਖ ਇਹ ਹੈ ਕਿ ਹਾਲੇ ਵੀ ਰਾਹੁਲ ਪ੍ਰਿੰਕਾ ਤੇ ਸੋਨੀਆ ਗਾਂਧੀ ਮੈਨੂੰ ਪ੍ਰਵਾਹ ਨਹੀਂ ਕਰ ਰਹੇ ਅਗਲੇ ਮੁੱਖ ਮੰਤਰੀ ਦੇ ਤੌਰ ਤੇ ਦੁੱਖ ਆਇਆ ਚਾਹੁੰਦੇ ਇਹ ਹੈ ਵੀ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਦੇਣ ਫਿਰ ਮੈਂ ਹਟ ਜਾਊਗਾ ਸਾਰੇ ਕੰਮ ਕਰਨ ਇਹਦੇ ਨਾਲ ਨੁਕਸਾਨ ਹੋਣਾ ਆ ਉਹਨਾਂ ਦਾ ਖੁਦ ਦਾ ਨੁਕਸਾਨ ਵੀ ਹੋਣਾ ਆ ਤੇ ਪਾਰਟੀ ਦਾ ਤਾਂ ਹੋਣਾ ਹੀ ਹੋਣਾ ਆ ਪਰ ਸਾਨੂੰ ਕਾਹਦੀ ਫਿਕਰ ਹੈ ਕਾਂਗਰਸ ਪਾਰਟੀ ਦਾ ਸਾਨੂੰ ਫਿਕਰ ਲੋਕਾਂ ਦਾ ਹੋਣਾ ਚਾਹੀਦਾ ਐਗਜ਼ੈਕਟਲੀ ਇਹ ਤਾਂ ਡਰਾਮੇਬਾਜ਼ੀ ਜਿਹੜੀ ਆ ਨੌਟੰਕੀ ਜਿਹੜੀ ਆ ਲਗਾਤਾਰ ਚੱਲਦੀ ਜਾ ਰਹੀ ਹੈ ਚੱਲਦੀ ਰਹਿਣੀ ਹੈ ਜੀ ਹਾਂਜੀ ਆਪਣੀ ਜਿਹੜੀ ਅਗਲੀ ਖਬਰ ਜਿਹੜੀ ਹੈ ਕੈਪਟਨ ਅਮਰਿੰਦਰ ਸਿੰਘ ਵੀ ਕਾਫੀ ਸੁਰਖੀਆਂ 'ਚ ਆ ਰਹੇ ਹੈਗੇ ਆ ਜਿਹੜੀ ਉਹਨਾਂ ਦੀ ਪਾਰਟੀ ਬਣਾਈ ਆ ਲੋਕ ਕਾਂਗਰਸ ਪਾਰਟੀ ਉਹ ਵੀ ਮੈਂ ਸੁਣਿਆ ਵਿਵਾਦਾਂ 'ਚ ਆ ਗਈ ਆ ਉਹਨਾਂ ਨੇ ਜਿਹੜੇ ਪਾਰਟੀ ਪ੍ਰਧਾਨ ਜਿਹੜੇ ਸੁਖਿੰਦਰ ਬਣਾਏ ਸੀ ਉਹਨਾਂ ਬਾਰੇ ਕਾਫੀ ਕੁਛ ਗਲਤ ਮਲਤ ਗੱਲਾਂ ਆਈਆਂ ਹੈਗੀਆਂ ਇਹਨਾਂ ਬਾਰੇ ਕੀ ਖਿਆਲ ਆ ਦੇਖੋ ਇੱਕ ਚੋਣ ਕਮਿਸ਼ਨ ਨੂੰ ਇਹਨਾਂ ਨੇ ਅਰਜ਼ੀ ਲਾਈ ਹੋਈ ਹੈ ਕੈਪਟਨ ਅਮਰਿੰਦਰ ਨੇ ਇਹ ਗੱਲ ਕਹੀ ਸੀ ਵੀ ਜਿਹੜਾ ਚੋਣ ਕਮਿਸ਼ਨ ਹੈ ਮੈਂ ਨਾ ਫਾਰਮ ਕਰੂੰਗਾ ਪਾਰਟੀ ਬਣਾਉਂਗਾ ਲਾਂਚ ਕਰੂੰਗਾ ਪਰ ਜਦੋਂ ਚੋਣ ਕਮਿਸ਼ਨ ਸਾਨੂੰ ਕੋਈ ਸਿੰਬਲ ਜਿਹੜਾ ਜਾਰੀ ਕਰ ਦੂਗਾ ਵੀ ਅਸੀਂ ਰਜਿਸਟ੍ਰੇਸ਼ਨ ਵਾਸਤੇ ਚੋਣ ਕਮਿਸ਼ਨ ਨੂੰ ਭੇਜੀ ਹੋਈ ਹੈ ਤੇ ਚੋਣ ਕਮਿਸ਼ਨ ਨੇ ਅੱਜ ਪਬਲਿਕ ਨੋਟਿਸ ਜਾਰੀ ਕਰਤਾ ਹੈ ਪਬਲਿਕ ਨੋਟਿਸ ਜਿਹੜਾ ਜਾਰੀ ਹੋਇਆ ਉਹਦੇ ਚ ਪ੍ਰਧਾਨ ਦਾ ਨਾਮ ਸੁਖਿੰਦਰ ਸਿੰਘ ਲਿਖਿਆ ਹੋਇਆ ਨਾਲ ਉਹਦੇ ਅਤਾ ਪਤਾ ਵੀ ਲਿਖਿਆ ਸੁਖਿੰਦਰ ਸਿੰਘ ਨੂੰ ਮੈਂ ਤਾਂ ਜਾਣਦਾ ਨੀ ਪਤਾ ਨੀ ਕਿਹੜੇ ਸੁਖਿੰਦਰ ਸਿੰਘ ਨੂੰ ਪ੍ਰਧਾਨ ਬਣਾ ਲਿਆ ਕੈਪਟਨ ਅਮਰਿੰਦਰ ਨੇ ਪਰ ਜਿਹੜਾ ਅਤਾ ਪਤਾ ਲਿਖਿਆ ਤੇ ਜਦੋਂ ਅਸੀਂ ਉਹਦੀ ਉਹਦੀ ਜਾਣਕਾਰੀ ਕੱਢੀ ਇਹਦਾ ਪਤਾ ਲੱਗਾ ਵੀ ਚੰਡੀਗੜ੍ਹ ਦਾ ਪਤਾ ਉਹਦਾ ਲਿਖਿਆ ਪੰਜ ਸੈਕਟਰ ਦਾ 2019 ਦੇ ਵਿੱਚ ਉਹਦਾ ਜਿਹੜਾ ਬਾਇਡਾਟਾ ਪੈ ਜਾ ਤਾਂ ਪਤਾ ਲੱਗਾ ਕਿ ਸੁਖਿੰਦਰ ਸਿੰਘ ਨਾਂ ਦਾ ਜਿਹੜਾ ਬੰਦਾ ਪ੍ਰਧਾਨ ਬਣਾ ਦਿੱਤਾ ਕੈਪਟਨ ਅਮਰਿੰਦਰ ਨੇ 2019 ਚ ਉਹਦੇ ਤੇ 33 ਕਰੋੜ ਰੁਪਏ ਦਾ ਬੈਂਕ ਦੇ ਫਰੋਡ ਦਾ ਕੇਸ ਹੋਇਆ ਕੀ ਬਾਤ ਇੰਟਰਨੈਸ਼ਨਲ ਮੈਗਾ ਫੂਡ ਪਾਰਕ ਪ੍ਰਾਈਵੇਟ ਲਿਮਿਟਡ ਦਾ ਚੇਅਰਮੈਨ ਉਹਦੇ ਚ ਦੱਸਿਆ ਗਿਆ ਵੀ ਉਹਦਾ ਚੇਅਰਮੈਨ ਹੈ ਤੇ 33 ਕਰੋੜ ਦਾ ਬੈਂਕ ਫਰੋਡ ਹੈ ਜਿਹਦੇ ਚ ਉਹਦੇ ਨਾਲ ਨਾਲ ਉਹਦੀ ਵਾਈਫ ਨੂੰ ਵੀ ਤੇ ਉਹਦੇ ਬੇਟੇ ਨੂੰ ਵੀ ਨੋਮੀਨੇਟ ਕੀਤਾ ਗਿਆ ਸੀ ਤੇ ਉਹਦਾ ਚੰਡੀਗੜ੍ਹ ਵਾਲੇ ਘਰ ਤੇ ਉਦੋਂ ਉਹਦੀ ਰੇਡ ਵੀ ਹੋਈ ਸੀ ਇਸ ਕਰਕੇ ਚਰਚਾ ਚੱਲ ਪਈ ਔਰ ਇਹਦੇ ਤੇ ਕੋਈ ਇਤਰਾਜ਼ ਕਰਦਾ ਪਬਲਿਕ ਨੋਟਿਸ ਦੇ ਉੱਤੇ ਫਿਰ ਤਾਂ ਚੋਣ ਕਮਿਸ਼ਨ ਨੇ ਮਨਜ਼ੂਰੀ ਨਹੀਂ ਦੇਣੀ ਨਵੀਂ ਪਾਰਟੀ ਨੂੰ ਜੇ ਇਤਰਾਜ਼ ਨਾ ਗਿਆ ਕੋਈ ਕਿਉਂਕਿ ਇੱਕ ਪ੍ਰੋਸੈਸ ਹੁੰਦਾ ਪਬਲਿਕ ਨੋਟਿਸ ਜਾਰੀ ਕਰਦੀ ਹੁੰਦੀ ਚੋਣ ਕਮਿਸ਼ਨ ਜੇ ਕੋਈ ਪਾਰਟੀ ਨੂੰ ਰਜਿਸਟਰ ਕਰਾਉਣ ਲਈ ਕਹਿੰਦੇ ਪਬਲਿਕ ਨੋਟਿਸ ਆ ਗਿਆ ਖਾਰਜ ਜੇ ਤੇ ਕਿਸੇ ਨੇ ਇਤਰਾਜ਼ ਕਰਤਾ ਇਸ ਗੱਲ ਨੂੰ ਲੈ ਕੇ ਵੀ ਇਹਦਾ ਪ੍ਰਧਾਨ ਤਾਂ ਭਾਈ ਫਰੋਡ ਕੇਸ 'ਚ ਹੈ ਤਾਂ ਇਹਦੀ ਪਾਰਟੀ ਉਹ ਨਹੀਂ ਬਣਨੀ ਕੈਪਟਨ ਅਮਰਿੰਦਰ ਦੀ ਪਰ ਜੇ ਕਿਸੇ ਨੇ ਇਤਰਾਜ਼ ਨਾ ਕੀਤਾ ਤਾਂ ਫਿਰ ਪਾਰਟੀ ਅਨਾਊਂਸ ਹੋ ਜਾਣੀ ਹੈ ਤੇ ਇਹਦਾ ਸਿੰਬਲ ਮਿਲ ਜਾਣਾ ਸੋ ਪਾਰਟੀ ਬਣ ਤੋਂ ਪਹਿਲੇ ਵਿਵਾਦਾਂ ਦੇ ਘੇਰੇ 'ਚ ਆ ਗਈ ਕੈਪਟਨ ਅਮਰਿੰਦਰ ਦੀ ਜੀ ਠੀਕ ਹੈ ਕਾਂਗਰਸ ਦੇ ਆਪ ਦੇ ਵਿਚਾਲੇ ਇੱਕ ਸਿਆਸੀ ਜੰਗ ਸ਼ੁਰੂ ਹੋ ਗਈ ਆ ਪ੍ਰਗਟ ਸਿੰਘ ਜਿਹੜੇ ਕਾਂਗਰਸ ਦੇ ਉਮੀਦਵਾਰ ਹੈਗਾ ਉਹਨਾਂ ਨੇ ਆਪਣੇ ਦਿੱਲੀ ਦੇ ਮੁੱਖ ਮੰਤਰੀ ਤੇ ਸਿਸੋਦੀਆ ਸਾਹਿਬ ਨਾਲ ਖੁੱਲ੍ਹਾ ਜਿਹੜਾ ਬਹਿਸ ਦਾ ਚੈਲੰਜ ਕਬੂਲ ਕਰ ਲਿਆ ਇਹਦੇ ਬਾਰੇ ਕਿੱਥੋਂ ਕੀ ਖਬਰ ਹੈਗੀ ਆ ਦੇਖੋ ਗੱਲ ਇਹ ਆ ਵੀ ਇਹ ਨਾ ਦਿੱਲੀ ਮਾਡਲ ਦੇ ਨਾਂ ਤੇ ਅਰਵਿੰਦ ਕੇਜਰੀਵਾਲ ਮਨੀਸ਼ ਸਿਸੋਦੀਆ ਜਿਹੜੇ ਸਭ ਤੋਂ ਜ਼ਿਆਦਾ ਇਸ ਗੱਲ ਤੇ ਜ਼ੋਰ ਦਿੰਦੇ ਆ ਦੇਖੋ ਜੀ ਅਸੀਂ ਹੈਲਥ ਸੈਕਟਰ ਜਿਹੜਾ ਕਮਾਲ ਕਰਤੀ ਅਸੀਂ ਮੁਹੱਲਾ ਕਲੀਨਿਕ ਖੋਲਤੇ ਦਿੱਲੀ 'ਚ ਅਸੀਂ ਪੰਜਾਬ 'ਚ ਵੀ ਇਹੀ ਕੁਛ ਕਰਾਂਗੇ ਸਾਨੂੰ ਵੋਟ ਪਾਓ ਸਾਡੀ ਸਰਕਾਰ ਬਣਾਓ ਦੂਜੀ ਗੱਲ ਉਹ ਕਹਿੰਦੇ ਵੀ ਸਕੂਲਾਂ ਦੀ ਸਥਿਤੀ ਅਸੀਂ ਬੜੀ ਸੁਧਾਰ ਸਕੂਲ ਦੀ ਐਜੂਕੇਸ਼ਨ ਕਮਾਲ ਕਰਤੀ ਹੈ ਉੱਥੇ ਸਕੂਲਾਂ ਦਾ ਜਿਹੜਾ ਮਤਲਬ ਜੇ ਕੋਈ ਬਾਹਰਲੇ ਮੁਲਕ 'ਚ ਵੀ ਆਉਂਦਾ ਹੈ ਤੇ ਸਾਡੇ ਸਕੂਲ ਦੇਖ ਕੇ ਜਾਂਦਾ ਵੀ ਹੈ ਦਿੱਲੀ 'ਚ ਇੰਨੇ ਵਧੀਆ ਸਕੂਲ ਹੈ ਤੇ ਇਸ ਇਸ਼ੂ ਦੇ ਉੱਤੇ ਕੱਲ ਪ੍ਰਗਟ ਸਿੰਘ ਨੇ ਇਹ ਗੱਲ ਕਹਿ ਤੀ ਵੀ ਜਿਹੜਾ ਅੰਕੜੇ ਤਾਂ ਇਹ ਦੱਸਦੇ ਆ ਵੀ ਜਿਹੜੀ ਐਜੂਕੇਸ਼ਨ ਹੈ ਐਜੂਕੇਸ਼ਨ ਦੇ ਮਸਲੇ ਤੇ ਜਾਂ ਸਕੂਲਾਂ ਦੀ ਹਾਲਤ ਦੇ ਮਸਲੇ ਤੇ ਸਾਰੇ ਦੇਸ਼ 'ਚੋਂ ਪਹਿਲੇ ਨੰਬਰ ਤੇ ਪੰਜਾਬ ਹੈ ਤੇ ਦਿੱਲੀ ਵਾਲੇ ਤੇ 6ਵੇਂ ਨੰਬਰ ਤੇ ਹੈ ਤੇ ਅੱਜ ਮਨੀਸ਼ ਸਿਸੋਦੀਆ ਨੇ ਉਹਦੇ ਜਵਾਬ 'ਚ ਗੱਲ ਕਹੀ ਆ ਵੀ 10 ਸਕੂਲ ਚੁਣ ਲਓ 10 ਸਕੂਲ ਅਸੀਂ ਤੁਹਾਨੂੰ ਦੱਸਾਂਗੇ ਆ ਜਾਓ ਆਪਾਂ ਜੁਆਇੰਟਲੀ ਦੌਰਾ ਕਰ ਲੈਂਦੇ ਹਾਂ ਪ੍ਰਗਟ ਸਿੰਘ ਜੀ ਆਓ ਆਪਾਂ ਜੁਆਇੰਟਲੀ ਦੌਰਾ ਕਰਦੇ ਹਾਂ ਦੇਖ ਲੈਂਦੇ ਹਾਂ ਵੀ ਸਾਡੇ ਦਿੱਲੀ ਦੇ ਸਕੂਲਾਂ ਦੀ ਕੀ ਹਾਲਤ ਹੈ ਤੇ ਬਾਅਦ 'ਚ ਆਪਣੇ 10 ਸਕੂਲ ਸਾਨੂੰ ਦਿਖਾ ਦਿਓ ਤੁਹਾਨੂੰ ਪਤਾ ਲੱਗ ਜੂ ਕੌਣ ਪਹਿਲੇ ਨੰਬਰ ਤੇ ਕੌਣ 6ਵੇਂ ਤੇ ਤੇ ਪ੍ਰਗਟ ਸਿੰਘ ਨੇ ਇਸ ਮਸਲੇ ਤੇ ਕਿਹਾ ਵੀ 10 ਸਕੂਲ ਕਿਉਂ ਆਪਾਂ 250 ਸਕੂਲ ਰੱਖਦੇ ਹਾਂ 250 ਸਕੂਲ ਦੀ ਸੂਚੀ ਤੁਸੀਂ ਭੇਜੋ 250 ਦੀ ਮੈਂ ਭੇਜਦਾ ਦੇਖ ਲੈਂਦੇ ਹਾਂ ਦਿੱਲੀ ਦੇ ਸਕੂਲ ਵਧੀਆ ਜਾਂ ਪੰਜਾਬ ਦੇ ਸਕੂਲ ਵਧੀਆ ਹੁਣ ਇਹ ਜਿਹੜੀਆਂ ਗੱਲਾਂ ਨੇ ਦੇਖੋ ਜੀ ਪਤਾ ਕੀ ਹੈ ਐਵੇਂ ਮਤਲਬ 1 ਨੰਬਰ ਹੋਣ ਦੀ ਖੇਡ ਜਿਹੜੀ ਆ ਇਹਦੇ ਚ ਰੁੱਝੇ ਹੋਏ ਨੇ ਇਹ ਕੋਈ ਬੇਸਿਕ ਇਸ਼ੂ ਨਹੀਂ ਹੈਗਾ ਬੇਸਿਕ ਇਸ਼ੂ ਆ ਵੀ ਸਕੂਲ ਦੀ ਬਾਹਰੋਂ ਬਿਲਡਿੰਗ ਨਿਸ਼ਕਾਰਤੀ ਪਿਸ਼ਕਾਰਤੀ ਕਲੀ ਕਰਾਤੀ ਬੇਲ ਬੂਟੇ ਬਾਹਰ ਤੇ ਪੇਂਟਿੰਗ ਕਰਾਤੀ ਹੈ ਇਹਦੇ ਨਾਲ ਸਕੂਲ ਦੀ ਹਾਲਤ ਨਹੀਂ ਸੁਧਰਦੀ ਸਕੂਲ ਦਾ ਕਮਰਾ ਕੋਈ ਬਹੁਤ ਵਧੀਆ ਬਣਾਤਾ ਉਹਨਾਂ ਸਕੂਲ ਦੀ ਹਾਲਤ ਨਹੀਂ ਸੁਧਰਦੀ ਸਕੂਲ ਐਜੂਕੇਸ਼ਨ ਦਾ ਤੁਹਾਡਾ ਲੈਵਲ ਕੀ ਹੈ ਐਗਜ਼ੈਕਟਲੀ ਉਹਦੇ ਤੇ ਮੁਕਾਬਲਾ ਹੋਵੇ ਨਾ ਉੱਥੇ ਪਤਾ ਲੱਗੇ ਉਸ ਲੈਵਲ 'ਚ ਨਾ ਪੰਜਾਬ ਕਿਤੇ ਅੱਗੇ ਆ ਨਾ ਦਿੱਲੀ ਕਿਤੇ ਅੱਗੇ ਆ ਓਵਰਆਲ ਸਾਡਾ ਐਜੂਕੇਸ਼ਨ ਦਾ ਸੈਕਟਰ ਕੋਲੈਪਸ ਕਰ ਚੁੱਕਾ ਪ੍ਰਾਈਵੇਟ ਸੈਕਟਰ ਜਿਹੜਾ ਐਜੂਕੇਸ਼ਨ ਦੇ ਵਿੱਚ ਆ ਚੁੱਕਾ
ਪਬਲਿਕ ਸੈਕਟਰ ਖਤਮ ਹੋ ਚੁੱਕਾ। ਇਹ ਤਾਂ ਐਵੇਂ ਚੋਣਾਂ ਦੇ ਜੁਮਲੇ ਆ, ਇੱਕ ਦੂਜੇ ਨੂੰ ਕਹੀ ਜਾਓ ਮੈਂ ਪਹਿਲੇ ਨੰਬਰ ਤੇ ਤੇ ਤੂੰ 6ਵੇਂ ਤੇ, ਦੋ ਕਹੀ ਜਾਵੇ ਨਹੀਂ ਮੈਂ ਪਹਿਲੇ ਤੇ ਆ ਤੂੰ 6ਵੇਂ ਤੇ ਆ, ਇਹ ਲੋਕਾਂ ਨੂੰ ਮੂਰਖ ਬਣਾਉਣ ਦੀ ਸਿਆਸਤ ਹੈ, ਇਹ ਤੋਂ ਬਚਣਾ ਚਾਹੀਦਾ। ठीक है, लोगों का जो ध्यान जरा ना एक पास कर दिए सियासी पार्टियां है, आए दिन कोई ना कोई खबर इस तरीके कर दी है, बस बेसिकली जरा असली मुद्दा यह होना चाहिए सी, चाहे पार्टी कोई मर्जी होने रहना तो लोगों के ही विचरना ना, चाहे कोई वह कांग्रेस हो, चाहे आप हो, चाहे अकाली हो, पर जी एजुकेशन सिस्टम साडा है ये साढ़े लिए बेहतर होना चाहिए, इन्हों का कोई रिटर्न एजेंडा होना चाहिए है जो कि पब्लिकली लोगों के डिस्ट्रीब्यूट कर भी आजा एजेंडा है, फिर तो लोग गल मान लेंगे हुण ये मतलब प्राणियों तो इवें मतलब गल्लां उखाड़न दा कोई बड़ा फायदा नहीं गा। अगे आपां गल चलदे जी, जिहड़ी अगली खबर हैगी आ वी जिहड़े कच्चे मुलाजमां दे उत्ते जिहड़ा लाठीचार्ज होया, जिहदे विच पंजाब दे डिप्टी मुख्यमंत्री जिहड़े हैगे सुखजिंदर रंधावा साहब ते राजा वड़िंग नाल काफ़ी उन्होंने बोलचाल हुई है, इहदे बारे की खबर है? देखो हुण देखो चोट तां आ गई सिर ते, हुण तां जिहड़े साडे मंत्री संतरी जिन्ने भी आ, कोई कैबिनेट मंत्री है, कोई मुख्यमंत्री है, कोई डिप्टी सीएम है, इन्हां नूं बहुत संजम तो कम लैण दी जरूरत है। एक पासे दा लोग देखो लोग सवाल करन लग पए, किसान अंदोलन ने एक चीज पैदा करती, लोकां च चौकसी पैदा करती, लोग जिहड़े बोलदे नहीं सी बोलण लग पए, सवाल करन लग पए, हुण जिहड़ी मुलाजमां दी कोई प्रॉब्लम है उन्हां नूं लगदा चोणां नेड़े आ, जिन्ना प्रैशर पावांगे सरकार ते उहदा मसला हल हो जाऊ। अज मुक्तसर असल वाटर एंड वाटर सप्लाई एंड सैनिटेशन के जो कच्चे मुलाजम है उन्होंने मुजहरा किया, सानू पक्के करो, जो मुजहरा करना नारे भी वजने सारा कुछ जो होंगे ही आ, कोई नवी गल करो है। एग्जैक्टली मामला इना गर्म हो गया, जो सवाल जवाब हो जो डिप्टी सीएम है अपने सुरेंद्र सिंह रंधावा, अपने कैबिनेट मिनिस्टर ट्रांसपोर्ट मंत्री राजा वड़िंग यंग मैन है, तू तड़क से आ गए, मुकला गए, तू तू मैं हो गई, इन्हें गुस्से च आ गए भी डिप्टी सीएम ने कह दिता रंधावा साहब ने जो डिप्टी कमिश्नर से ओनू जेड़ा अज इतने मुजहरे से आए ना कर्मचारी ये मुलाजम अपनी ड्यूटी छड़ के आए हैं, इन्हें सारे सस्पेंड कर दो, हुण कह के तो आ गए पर सौखा नहीं है, जिहड़े भी वड्डे अहुदियां ते कुर्सियां ते बैठे आ उहनां नूं अज लोकां दी गल सुननी चाहीदी है, जे नहीं सुणगे ते लोकां ने फिर उहनां दी नहीं सुननी, डेफिनेटली अपने इंसान साहब गल तो सही है भी जिहड़े बंदे ते बीतदी हुंदी आ उहनूं पता हुंदा भी जिहड़े किन्ने किन्ने बंदे ने पढ़ाई लिखाई कीती आ, वह सारी उम्र बंदा कोई कच्चे तुरै इलीगली तुरै फिरदा रहे, सो हर एक बंदे ने आपां अपना मतलब एजुटेशन तो चलता है, एजुटेशन में सानूं पता है नारेबाजियां सारियां हुंदियां है, तो सरकारां नूं संजम तो कम लैणा चाहीदा हैगा, बड़ा क्रूशियल टाइम हुंदा इन्हां दिनां दे विच, तो यकदम जिहड़े फैसले जिहड़े आ इह कोई बड़े वधिया फैसले नहीं हुंदे। आपां अगली खबर ते चलदे आ वी जिहड़ी भारत तों जिहड़ी इंटरनेशनल फ्लाइटां हैगियां दसंबर 15 तों फिर इह शुरू हो रहीयां। हाँ जी, मैं ये बड़ी देर तो उड़ीक की जा रही थी, अपन पता भी 23 मार्च तो बंद पे गया सी, जदों तो ये कोरोना काल आया ते फ्लाइट्स भी बड़ी दिक्कत आई, स्पेशल जिहड़ी फ्लाइट्स कुछ कर दियां पईआं, पर रेगुलर फ्लाइट्स नहीं सी जा रही, हुण भारत सरकार ने गल कही है भी जिहड़ा 15 दिसंबर तो फिर तो इंटरनेशनल फ्लाइट्स हो गईआं, ते बकायदा मंजूरी दिती गई है 28 मुल्कां नाल एयर बबल कुछ एक रूल्स ने जिहदे करके स्पैशल फ्लाइट्स नूं जिहड़ा मंजूरी दिती गई सी पहला भी, ते 14 मुल्क इदां दे आ जिथे फ्लाइट जिहड़ियां शुरू नहीं हो सकदियां, उहदे च इंग्लैंड है, फ्रांस है, जर्मनी है, नीदरलैंड है, फिनलैंड है, दक्षिणी अफ्रीका, ब्राजील, चीन वगैरह हैगे है, न्यूजीलैंड भी है, पर स्पैशल फ्लाइट जिहड़ी है बबल दोनों हिंदुस्तान के कुछ सूबे
ਕਰੋਨਾ ਵਾਇਰਸ ਦੇ ਤੀਸਰੀ ਜਿਹੜੀ ਵੇਵ ਆਉਣ ਦਾ ਜ਼ਿਕਰ ਕੀਤਾ ਸੀਗਾ, ਇਹਦੇ ਬਾਰੇ ਲੇਟੈਸਟ ਕੀ ਨਿਊਜ਼ ਹੈਗੀ ਆ? ਦੇਖੋ ਉਹਦੇ ਚ ਥੋੜੀ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਗਈ। ਜਿੱਦਾਂ ਅੱਜ ਅਸੀਂ ਚੰਡੀਗੜ੍ਹ ਸੀਗੇ ਤੇ ਜਿਹੜੇ ਅਸੀਂ 2-3 ਮਹੀਨੇ ਤੋਂ ਦੇਖ ਰਹੇ ਸੀ ਕਿਸੇ ਕਿਸਮ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਸੀ ਬਹੁਤੀ। ਜੇ ਕਿਸੇ ਨੇ ਮਾਸਕ ਲਿਆ ਤਾਂ ਕੋਈ ਬਹੁਤਾ ਪਰਵਾਹ ਨਹੀਂ ਸੀ ਕਰਦਾ, ਨਹੀਂ ਲਿਆ ਮਾਸਕ ਤਾਂ ਕੋਈ ਪਰਵਾਹ ਨਹੀਂ ਸੀ ਕਰਦਾ। ਤੇ ਅੱਜ ਸਪੈਸ਼ਲੀ ਮਤਲਬ ਚੈਕਿੰਗ ਵਗੈਰਾ ਜ਼ਿਆਦਾ ਹਾਰਡ ਕਰ ਦਿੱਤੀ ਗਈ ਸੀ। ਈਵਨ ਅਸੀਂ ਅੱਜ ਬੈਂਕ ਵੀ ਗਏ ਤੇ ਬੈਂਕ ਤੇ ਵੀ ਅਚਾਨਕ ਛਾਪਾ ਮਾਰਿਆ ਗਿਆ ਵੀ ਇੱਥੇ ਜਿਹੜੇ ਜਿਹੜੇ ਇੱਥੇ ਕੰਮ ਕਰ ਰਹੇ ਨੇ ਜਿਹੜੇ ਇੰਪਲਾਈ ਉਹਨਾਂ ਨੇ ਕੀ ਜਾਂ ਕਸਟਮਰ ਜਿਹੜੇ ਆਏ ਆ ਉਹਨਾਂ ਨੇ ਮਾਸਕ ਲਏ ਜਾਂ ਨਹੀਂ। ਸੋ ਇਹ ਜਿਹੜੇ 13-14 ਸਟੇਟਸ ਦੇ ਵਿੱਚ ਜਿਹੜੀਆਂ ਨਵੀਆਂ ਗਾਈਡਲਾਈਨਸ ਜਾਰੀਆਂ ਕੀਤੀਆਂ, ਟੈਸਟਿੰਗ ਬਾਰੇ ਵੀ ਗੱਲ ਹੋਈ ਹੈ, ਟੈਸਟਿੰਗ ਵਧਾਉਣੀ ਚਾਹੀਦੀ ਹੈ, ਕੋਰੋਨਾ ਦੀ ਗਾਈਡਲਾਈਨਸ ਵੀ ਜਿਹੜੀਆਂ ਥੋੜਾ ਸਖਤੀ ਨਾਲ ਲਾਗੂ ਕਰਨ ਦੀ ਗੱਲ ਹੋ ਰਹੀ ਹੈ। ਉਹ ਚ ਪੇਸ਼ੈਂਟ ਕੋਈ ਬਹੁਤ ਜ਼ਿਆਦਾ ਨਹੀਂ ਹਾਲੇ ਦਿਖਾਈ ਦੇ ਰਹੇ, ਪਰ ਸਖਤੀ ਥੋੜੀ ਜਿਹੀ ਅੱਗੇ ਨਾਲ ਮਤਲਬ ਅੱਗੇ ਵਾਂਗ ਥੋੜੀ ਵਧਾਈ ਗਈ ਹੈ। ਠੀਕ ਹੈ, ਹੋਰ ਦੱਸਾਂ ਜੀ ਬਾਕੀ ਕਿਵੇਂ ਆ ਹਿੰਦੂ ਪੰਜਾਬ ਦਾ ਵੈਦਰ ਵਗੈਰਾ? ਤਾਂ ਮੈਂ ਕਿਹਾ ਥੋੜੀ ਠੰਡ ਹੋ ਗਈ ਹੋਣੀ ਹੁਣ ਸ਼ੁਰੂ। ਅੱਗੇ ਨਾਲੋਂ ਕਾਫੀ ਫਰਕ ਪਿਆ, ਥੋੜੀ ਠੰਡ ਹੋਈ ਹੈ ਤੇ ਸਵੇਰੇ ਤੇ ਸ਼ਾਮ ਨੂੰ ਤਾਂ ਬਹੁਤ ਜ਼ਿਆਦਾ ਠੰਡ ਹੋ ਜਾਂਦੀ, ਬਹੁਤ ਜ਼ਿਆਦਾ ਤਾਂ ਨਹੀਂ ਮਤਲਬ ਮੁਕਾਬਲਤਨ ਜਿਹੜਾ ਮੌਸਮ ਹੈ ਉਹਦੇ ਮੁਤਾਬਿਕ ਠੰਡ ਹੁੰਦੀ ਹੈ। ਪਰ ਦੁਪਹਿਰ ਵੇਲੇ ਥੋੜੀ ਜੇ ਤੁਸੀਂ ਕੁਝ ਥੋੜੀ ਮਤਲਬ ਥੋੜਾ ਕੱਪੜਾ ਗਰਮ ਪਾਇਆ ਸਵੇਰ ਵੇਲੇ ਤਾਂ ਦੁਪਹਿਰੇ ਤੁਹਾਨੂੰ ਉਤਾਰਨਾ ਪੈਂਦਾ। ਓਵਰਆਲ ਠੀਕ ਹੈ, ਰੂਟੀਨ ਦੇ ਵਿੱਚ ਜਿਹੜਾ ਵੈਦਰ ਚਾਹੀਦਾ ਉਹੀ ਹੈ, ਕੋਈ ਡਿਸਟਰਬੈਂਸ ਨਹੀਂ ਹੈ ਹਾਲ ਫਿਲਹਾਲ ਵੈਦਰ ਦੇ ਵਿੱਚ। ਹਾਂਜੀ, ਹੋਰ ਐਂਡ ਤੇ ਦਸਾਂ ਸਾਹਿਬ ਕੋਈ ਹੋਰ ਅਪਡੇਟ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ। ਕੱਲ ਅਸੀਂ ਜਦੋਂ ਗੱਲ ਕਰਾਂਗੇ ਤਾਂ ਕਿਸਾਨ ਮੋਰਚੇ ਵੱਲੋਂ ਮੀਟਿੰਗ ਜਿਹੜੀ ਹੋਣੀ ਹੈ ਉਹਦੇ ਕੀ ਨਤੀਜੇ ਆਉਂਦੇ ਆ ਇੰਪੋਰਟੈਂਟ ਹੈ ਸਾਡੇ ਵਾਸਤੇ। ਡੈਫੀਨਿਟਲੀ ਦੂਜਾ ਇੰਪੋਰਟੈਂਟ ਹੈ ਸਾਡੇ ਵਾਸਤੇ ਵੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਉਹਨਾਂ ਦੇ ਹੀ 2 MLA ਜਿਹੜੇ ਉਹਨਾਂ ਦੇ ਹੱਕ ਚ ਰਹੇ ਸਦਾ, ਕੈਪਟਨ ਅਮਰਿੰਦਰ ਦੇ ਖਿਲਾਫ ਜਿਹੜੀ ਲੜਾਈ ਵਿੱਢੀ ਸੀਗੀ ਨਵਜੋਤ ਸਿੰਘ ਸਿੱਧੂ ਨੇ, ਉਹਦੇ ਚ ਜਿਹੜੇ ਉਹ 2 MLA ਜਿਹੜੇ ਆ ਨਵਜੋਤ ਸਿੰਘ ਸਿੱਧੂ ਦੇ ਨਾਲ ਸੀਗੇ ਡੱਟ ਕੇ, ਉਹ ਦੋਨੋਂ ਜਿਹੜੇ ਆ ਅੱਜ ਨਵਜੋਤ ਸਿੰਘ ਸਿੱਧੂ ਨੂੰ ਉਹਨਾਂ ਨੇ ਸਲਾਹ ਦਿੱਤੀ ਹੈ। ਉਹ 2 MLA ਇੱਕ ਤਾਂ ਹੈਗਾ ਜੀਰੇ ਤੋਂ ਕੁਲਵੀਰ ਜੀਰਾ, ਉਹਨੇ ਇੱਕ ਸਲਾਹ ਦਿੱਤੀ ਵੀ ਭਾਈ ਸਿੱਧੂ ਸਾਹਿਬ ਅਸੀਂ ਤੁਹਾਡੇ ਨਾਲ ਹੀ ਰਹੇ ਹਾਂ, ਪਰ ਜੇ ਕੋਈ ਤੁਸੀਂ ਗੱਲ ਕਰਨੀ ਹੈ ਡਿਪਟੀ ਸੀਐਮ ਨਾਲ ਸੀਐਮ ਨਾਲ ਬੈਠ ਕੇ ਕਰ ਲਓ, ਆਪੋ ਜੀ ਬੈਠ ਕੇ ਗੱਲ ਦਾ ਮਸਲਾ ਹੱਲ ਕਰ ਲਓ, ਇਹਨੂੰ ਪਬਲਿਕ ਕਿਉਂ ਕਰਦੇ ਆ? ਗੁਰਦਾਸਪੁਰ ਤੋਂ ਇੱਕ MLA ਵਰਿੰਦਰਮੀਤ ਪਾੜਾ, ਉਹਨੇ ਵੀ ਕਿਹਾ ਕਿ ਮੈਨੂੰ ਇਹ ਲੱਗਦਾ ਕਿ ਸਿੱਧੂ ਸਾਹਿਬ ਨੂੰ ਪਾਰਟੀ ਪਲੇਟਫਾਰਮ ਤੇ ਗੱਲ ਕਰਨੀ ਚਾਹੀਦੀ ਹੈ। ਅਸਲ ਸਿੱਧੂ ਸਾਹਿਬ ਨੇ ਸੁਨੀਲ ਜਾਖੜ ਦੇ ਖਿਲਾਫ ਕੱਲ ਇੱਕ ਬਿਆਨ ਦਿੱਤਾ, ਸੁਨੀਲ ਜਾਖੜ ਬਾਰੇ ਉਹਨੇ ਕਹਿ ਦਿੱਤਾ ਵੀ ਦੇਖੋ ਮੈਂ 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 ਪ੍ਰਧਾਨ ਬਣਿਆ ਜੀ, ਮੈਂ ਆਹ ਮੁੱਦੇ ਉਠਾਉਣਾ, ਜਿਹੜਾ ਪਿਛਲਾ ਪ੍ਰਧਾਨ ਸੀ ਉਹਨੇ ਕਦੀ ਮੁੱਦੇ ਉਠਾਏ। ਸੁਨੀਲ ਜਾਖੜ ਨੇ ਉਲਟਾ ਉਹਨਾਂ ਤੇ ਹਮਲਾ ਬੋਲਤਾ, ਅਕਬਰ ਇਲਾਹਾਬਾਦੀ ਦਾ ਸ਼ੇਰ ਉਹਨਾਂ ਨੇ ਪੜਿਆ ਸੁਨੀਲ ਜਾਖੜ ਨੇ। ਸੁਨੀਲ ਜਾਖੜ ਨੇ ਕਿਹਾ ਨਾਲ ਟਵੀਟ ਕੀਤਾ ਸਿੱਧੂ ਦਾ ਬਿਆਨ ਵੀ ਜਿਹੜਾ ਉਹਦੇ ਖਿਲਾਫ ਸੀ, ਟਵੀਟ ਕੀਤਾ ਅਕਬਰ ਇਲਾਹਾਬਾਦੀ ਦਾ ਸ਼ੇਰ ਵੀ ਬੁੱਧ ਹਮਕੋ ਕਹੇ ਕਾਫਿਰ, ਅੱਲਾਹ ਕੀ ਮਰਜ਼ੀ ਹੈ, ਸੂਰਜ ਮੇ ਲਗਾ ਧੱਬਾ, ਸੂਰਜ ਮੇ ਲਗੇ ਧੱਬਾ, ਫਿਤਰਤ ਕੇ ਕ੍ਰਿਸ਼ਮੇ ਹੈ, ਬਰਕਤ ਜੋ ਨਹੀਂ ਹੋਤੀ ਨੀਅਤ ਕੀ ਖਰਾਬੀ ਹੈ। ਕਿਆ ਬਾਤ ਹੈ, ਇਹ ਸ਼ੇਰ ਲਿਖ ਕੇ ਨਾ ਉਹਨਾਂ ਨੇ ਸਾਫ਼ ਤੌਰ ਤੇ ਜਾਖੜ ਸਾਹਿਬ ਨੇ ਇਹ ਇਸ਼ਾਰਾ ਕੀਤਾ ਵੀ ਇਹ ਜਿਹੜਾ ਬੰਦਾ ਨਵਜੋਤ ਸਿੰਘ ਸਿੱਧੂ ਜਿਹੜਾ ਮੇਰੇ ਬਾਰੇ ਗੱਲ ਕਰ ਰਿਹਾ, ਇਹ ਬੀਜੇਪੀ ਤੋਂ ਕਾਂਗਰਸ ਚ ਆਇਆ, ਯਾਨੀ ਸਿੱਧੂ ਨੂੰ ਸਿੱਧੇ ਤੌਰ ਤੇ ਕਾਫਰ ਕਿਹਾ ਉਹਨਾਂ ਨੇ। ਉਸ ਤੋਂ ਬਾਅਦ ਜਿਹੜਾ ਮਾਝਾ ਬ੍ਰਿਗੇਡ ਆ ਉਹ ਵੀ ਥੋੜੀ ਜਿਹੀ ਐਕਟਿਵ ਹੋ ਗਈ ਹੈ ਨਵਜੋਤ ਸਿੰਘ ਸਿੱਧੂ ਦੇ ਖਿਲਾਫ, ਤਾਂ ਇਹ ਜਿਹੜੇ 2 ਸਿੱਧੂ ਦੇ ਨਾਲ ਰਹੇ ਨੇ MLA ਇਹਨਾਂ ਨੇ ਸਲਾਹ ਦਿੱਤੀ ਸਿੱਧੂ ਨੂੰ ਵੀ ਸਿੱਧੂ ਸਾਹਿਬ ਤੁਸੀਂ ਇਹਨਾਂ ਪਾਰਟੀ ਫੋਰਮ ਤੇ ਗੱਲ ਰੱਖੋ, ਜਨਤਕ ਨਾ ਕਰੋ। ਸੋ ਸਿੱਧੂ ਵਾਸਤੇ ਮੁਸ਼ਕਲਾਂ ਵੱਧ ਗਈਆਂ, ਸੋ ਇਹਦੇ ਬਾਰੇ ਵੀ ਕੱਲ ਥੋੜੀ ਡਿਟੇਲ ਚ ਗੱਲ ਕਰਾਂਗੇ। ਬਾਕੀ ਕਿਸਾਨ ਅੰਦੋਲਨ ਦਾ ਸਾਲ ਪੂਰਾ ਹੋਣ ਤੇ ਹਾਂਜੀ ਸਾਂਸ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਜੀ, ਤੁਸੀਂ ਅੱਜ ਸਾਡੇ ਸਾਂਝਾ ਪੰਜਾਬ ਦੀ ਟੀਮ ਨਾਲ ਜੁੜੇ। ਕਿਸੇ ਵੀ ਸਾਡੇ ਪ੍ਰੋਗਰਾਮ ਦੌਰਾਨ ਸਾਡੇ ਕਿਸੇ ਸਾਡੇ ਸ਼ਰੋਤੇ ਦੀ ਕੋਈ ਕੁਐਸਚਨ ਹੋਵੇ, ਕੋਈ ਖਬਰਾਂ ਸੰਬੰਧੀ, ਸਾਡੇ ਨਾਲ ਸਟੂਡੀਓ ਕਾਲ ਕਰ ਸਕਦੇ ਆ 905-458-4444 'ਤੇ। ਅਤੇ ਦਸਾਂਸ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਆਪਾਂ ਮਿਲਦੇ ਕੱਲ੍ਹ ਨੂੰ। ਜੀ ਕੱਲ੍ਹ ਮਿਲਦੇ ਹਾਂ, ਸ਼ੁਕਰੀਆ। ਥੈਂਕ ਯੂ ਸਰ। ਇਹ ਸੁਣੇ ਸੀ ਸਾਂਝਾ ਪੰਜਾਬ ਸਾਡਾ ਪ੍ਰੋਗਰਾਮ ਮੋਰਨਿੰਗ ਸ਼ੋ। ਸਾਡੇ ਕਿਸੇ ਸਰੋਤੇ ਨੇ ਸਾਡੇ ਨਾਲ ਕੋਈ ਕਿਸੇ ਕਿਸਮ ਦੀ ਸਾਡੇ ਗੱਲਬਾਤ ਕਰਨੀ ਹੈਗੀ ਆ ਸਟੂਡੀਓ ਦੇ ਵਿੱਚ, ਕੋਈ ਖਬਰ ਜਾਂ ਕਿਸੇ ਕਿਸਮ ਦੀ ਅਪਡੇਟ ਲੈਣੀ ਹੈਗੀ ਤਾਂ 905-458-4444।